ਪਹਿਲਾਂ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ। ਮੌਰਗੇਜ ਕ੍ਰਾਈਸਿਸ ਇਹ ਆ ਕਿ ਲੋਕ ਇਸ ਵੇਲੇ ਸਟਰਗਲ ਕਰ ਰਹੇ ਆ ਕਿਉਂਕਿ ਕਰਜ਼ਾ ਲੋਕਾਂ ਦੇ ਸਿਰ ਜ਼ਿਆਦਾ ਆ ਅਤੇ ਬੇਰੁਜ਼ਗਾਰੀ ਵੀ ਵਧੀ ਆ, ਕੰਮ ਧੰਦਿਆਂ ਦਾ ਮੰਦਾ ਆ ਅਤੇ ਹੋ ਇਹ ਰਿਹਾ ਕਿ ਮੌਰਗੇਜ ਡਿਫਾਲਟ ਹੋ ਰਹੇ ਨੇ, ਮੌਰਗੇਜ ਨਹੀਂ ਪੇ ਹੋ ਰਹੀ। ਹੁਣ ਤਾਂ ਹਜੇ ਵੀ ਲੋਕ ਪੇ ਕਰੀ ਜਾਂਦੇ ਆ, ਅਗਲੇ ਸਾਲ ਤੱਕ ਬਹੁਤ ਔਖਾ ਹੋ ਜਾਣਾ ਇਹ ਮਾਹਰ ਕਹਿ ਰਹੇ ਆ। ਜਿਹੜੀਆਂ ਮੌਰਗੇਜ ਡੈਲੀਕੁਐਂਸੀਜ਼ ਨੇ ਉਹ 25 ਅਤੇ 26 ਆਹ ਸਾਲ ਤਾਂ ਹਜੇ ਕਹਿੰਦੇ ਲੋਕ ਔਖੇ ਸੌਖੇ ਘੱਟ ਜਾਣਗੇ। 2025 ਅਤੇ 2026 ਜਿਹੜਾ ਸਾਲ ਆ ਉਹ ਮਾੜਾ ਸਾਲ ਆਉਣ ਵਾਲੇ ਸਮੇਂ ਦੇ ਵਿੱਚ। ਵੱਡੀਆਂ ਬੈਂਕਾਂ ਨੇ ਪਹਿਲਾਂ ਹੀ ਕਈ ਬਿਲੀਅਨ ਡਾਲਰ ਪਾਸੇ ਰੱਖਿਆ ਆ ਜਿਹੜਾ ਇਹ ਲੋਨ ਲੋਸ ਹੋਣਾ ਇਹਨਾਂ ਦਾ, ਉਹਦੇ ਲਈ ਉਹਨਾਂ ਨੂੰ ਪਤਾ ਆ ਕਿ ਇਹ ਹੋਣਾ ਆ। ਕ੍ਰੈਡਿਟ ਕ੍ਰੰਚ ਰਿਸਕ ਕੀ ਆ ਕਿ ਜਿਹੜਾ ਜਦੋਂ ਡਿਫਾਲਟ ਵੱਧ ਜਾਂਦੇ ਆ ਅਤੇ ਉਹਦੇ ਤੋਂ ਬਾਅਦ ਲੈਂਡਿੰਗ ਨਹੀਂ ਹੁੰਦੀ ਅਤੇ ਪੋਸੀਬਲੀ ਹੋਣਾ ਇਹ ਆ ਕਿ ਰਿਸੈਸ਼ਨ ਆ ਜਾਂਦਾ। ਦੇਖੋ ਬੈਂਕਾਂ ਦੇ ਕੋਲ ਜਿਹੜਾ ਪੈਸਾ ਪਿਆ ਆ ਉਹ ਬੈਂਕਾਂ ਦੇ ਲਈ ਸਮੱਸਿਆ ਆ, ਜਿਸ ਬੈਂਕ ਦੇ ਕੋਲ ਪੈਸਾ ਜ਼ਿਆਦਾ ਪਿਆ ਆ ਉਹ ਬੈਂਕ ਘਾਟੇ 'ਚ ਹੋ ਸਕਦੀ ਜਾਂ ਉਹ ਬੈਂਕ ਬਹੁਤਾ ਫਾਇਦਾ ਨਹੀਂ ਬਣਾ ਰਹੀ। ਬੈਂਕ ਨੂੰ ਪੈਸਾ ਕਿੱਥੋਂ ਬਣਨਾ ਆ? ਬੈਂਕ ਦੇ ਫਾਇਦੇ ਵਾਲੀ ਗੱਲ ਇਹ ਆ ਵੀ ਲੋਕ ਪੈਸਾ ਲੈਣ, ਲੋਕ ਪੈਸਾ ਲੈਣ, ਟਾਈਮ ਨਾਲ ਮੋੜਨ, ਉਹਦਾ ਵਿਆਜ ਮੋੜਨ, ਅਤੇ ਬੈਂਕ ਨੂੰ ਫਾਇਦਾ ਹੁੰਦਾ। ਹੁਣ ਹੋ ਕੀ ਰਿਹਾ ਇਸ ਵੇਲੇ, ਹੋਣਾ ਕੀ ਆਉਣ ਵਾਲੇ ਸਾਲਾਂ, ਦੋ ਸਾਲਾਂ ਦੇ ਵਿੱਚ 2025 ਅਤੇ 2026 ਦੇ ਵਿੱਚ ਡੈਲੀਕੁਐਂਸੀਜ਼ ਹੋਣੀਆਂ, ਮੌਰਗੇਜ ਦੇ ਰਹੀ ਹੋਣੀ, ਬੈਂਕਾਂ ਨੇ ਘਰ ਲੈ ਜਾਣੇ ਆ, ਹੁਣ ਵੀ ਲਿਜਾ ਰਹੇ ਆ, ਭਾਵੇਂ ਉਹ ਖਬਰਾਂ ਸਾਹਮਣੇ ਆਉਂਦੀਆਂ ਜਾਂ ਉਨੇ ਤਰੀਕੇ ਨਾਲ ਨਹੀਂ ਆਉਂਦੀਆਂ। ਬੈਂਕਾਂ ਘਰ ਲੈ ਜਾਣਗੀਆਂ ਜਾਂ ਜਿਹੜੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਜਾਂ ਦੂਜਾ, ਉਹ ਜਦੋਂ ਇੱਕ ਵਾਰੀ ਤੁਹਾਡਾ ਘਰ ਚਲੇਗਾ ਕ੍ਰੈਡਿਟ ਤਾਂ ਕਿਸੇ ਨੇ ਦੇਣਾ ਨਹੀਂ, ਜਿਹੜੇ ਬੰਦੇ ਤੋਂ ਪਹਿਲੇ ਪੈਸੇ ਨਹੀਂ ਦੇ ਹੋਏ ਤਾਂ ਉਹ ਗਾਹਾਂ ਕਿੱਥੋਂ ਦਊਗਾ? ਇਸ ਕਰਕੇ ਤਾਂ ਉਹ ਡੈਲੀਕੁਐਂਸੀ ਦੇ ਨਾਲ ਬੈਂਕਾਂ ਦਾ ਪੈਸਾ ਬੈਂਕਾਂ ਕੋਲ ਹੀ ਰਹਿ ਜਾਣਾ, ਮਤਲਬ ਕਿਸੇ ਨੇ ਲੈਣਾ ਹੀ ਨਹੀਂ ਕਰਜ਼ਾ। ਬੈਂਕ ਚਾਹੁੰਦੀ ਆ ਕਿ ਇਹਦਾ ਜਿੰਨਾ ਪੈਸਾ ਇਹਦੇ ਕੋਲ ਪਿਆ ਲੋਕਾਂ ਦੇ ਵਿੱਚ ਜਾਵੇ, ਲੋਕ ਇਹਦੇ 'ਤੇ ਵਿਆਜ ਦੇਣ, ਲੋਕ ਸਾਨੂੰ ਵਾਪਸ ਮੋੜਨ, ਸਾਡਾ ਫਾਇਦਾ ਹੋਵੇ। ਪਰ ਬੈਂਕ ਇਹ ਵੀ ਨਹੀਂ ਚਾਹੁੰਦੀ ਕਿ ਉਹਨਾਂ ਲੋਕਾਂ ਨੂੰ ਪੈਸਾ ਦੇ ਦੇਵੇ ਜਿੱਥੇ ਪੈਸਾ ਡੁੱਬ ਜਾਵੇ। ਉਹਦੇ ਲਈ ਹੁਣ ਵੱਡੀਆਂ ਬੈਂਕਾਂ ਨੇ ਕਈ ਬਿਲੀਅਨ ਡਾਲਰ ਕਹਿੰਦੇ ਪਾਸੇ ਰੱਖ ਲਿਆ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਹਾਲਤ ਆ ਉਹ ਮਾੜੇ ਹੋ ਜਾਣੇ ਲੋਕਾਂ ਦੇ। ਜਾਂ ਹੁਣ ਹੋ ਕੀ ਰਿਹਾ, ਜਿਹੜੇ ਘਰਾਂ ਦੇ ਮਾਲਕ ਨੇ ਉਹ ਜਾਂ ਤਾਂ ਆਪਣੇ ਘਰ ਵੇਚਣਗੇ ਕਿਉਂਕਿ ਮੌਰਗੇਜ ਅਨਫੋਰਡੇਬਲ ਆ, ਵੇਚਣ ਨੂੰ ਗਾਹ ਗਾਹਕ ਹੈ ਨਹੀਂ ਗੇ, ਲਊਗਾ ਤਾਂ ਉਹੀ ਨਾ, ਜਦੋਂ ਤਾਂ ਸਾਰੇ ਪਾਸੇ ਸਰੱਗੀ ਹੋਊਗੀ, ਜਦੋਂ ਠੀਕ ਠਾਕ ਸਮਾਂ ਹੋਊਗਾ ਤਾਂ ਫਿਰ ਹੀ ਘਰ ਵੀ ਲਏ ਜਾਣਗੇ, ਲੈਣ ਵਾਲੇ ਤਾਂ ਅੱਗੇ ਘੱਟ ਆ, ਇਸ ਕਰਕੇ ਉਹ ਵੇਚਣੇ ਨਹੀਂ। ਸੋ ਇਹ ਕਿਤੇ ਨਾ ਕਿਤੇ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਮੌਰਗੇਜ ਡੈਲੀਕੁਐਂਸੀ ਜਿਹੜੀਆਂ, ਮਤਲਬ ਕਿ ਲੋਕਾਂ ਕੋਲੋਂ ਪੈਸੇ ਦੇ ਨਹੀਂ ਹੋਣੇ ਅਤੇ ਘਰ ਬੈਂਕਾਂ ਨੇ ਲੈ ਕੇ ਜਾਣੇ ਆ, ਇਹ ਪਿਛੋਂ ਕੋਈ ਕੀਤੀ ਜਾ ਰਹੀ ਆ, ਹੋਣਾ ਕੀ ਆ ਕੱਲ੍ਹ ਨੂੰ ਇਹਦੇ ਬਾਰੇ ਪਤਾ ਨਹੀਂ। ਟੋਰੋਂਟੋ ਦੇ ਵਿੱਚ ਟੋਰੋਂਟੋ ਰੀਅਲ ਸਟੇਟ ਸੇਲ ਆ ਉਹ ਇਸ ਵੇਲੇ ਡਾਊਨ ਆ ਬਹੁਤ ਜ਼ਿਆਦਾ। ਜਿਹੜੇ ਜਦੋਂ ਸੇਲ ਡਾਊਨ ਆ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਹੋਮ ਓਨਰਸ ਨੇ ਉਹ ਵੇਚ ਨਹੀਂ ਰਹੇ ਘਰ, ਉਹਨਾਂ ਤੋਂ ਵਿਕ ਨਹੀਂ ਰਹੇ, ਵੇਚਣਾ ਚਾਹੁੰਦੇ, ਹੁਣ ਥੱਲੇ ਸਿੱਟ ਕੇ ਤਾਂ ਕੋਈ ਵੇਚਦਾ ਨਹੀਂ, ਉਹਨਾਂ ਕੋਲ ਇਹ ਮੌਕਾ ਘੱਟ ਆ ਵੀ ਉਹ ਘਰ ਵੇਚਣ। ਹੁਣ ਏਰੀਅਰ ਵੱਧ ਰਹੇ ਆ, ਮੌਰਗੇਜ ਦੇ ਏਰੀਅਰ ਜਾਣੀ ਕਿ ਲੇਟ ਪੇਮੈਂਟ ਜਿਹੜੀ ਆ ਉਹ ਵੱਧ ਰਹੀ ਆ, ਫਾਈਨੈਂਸ਼ੀਅਲ ਕ੍ਰਾਈਸਿਸ ਆ ਰਿਹਾ, ਬੈਂਕਾਂ ਜਿਹੜੀਆਂ ਨੇ ਪੇਮੈਂਟਾਂ ਲੋਕਾਂ ਦੀਆਂ ਲੇਟ ਹੋ ਰਹੀਆਂ, ਲੇਟ ਹੋ ਕੇ ਜਮ੍ਹਾਂ ਹੋ ਰਹੀਆਂ। ਹੁਣ ਕਈ ਲੋਕ ਤਾਂ ਇਸ ਵੇਲੇ ਇੱਥੇ ਤੱਕ ਆਏ ਆ ਕਿ ਉਹਨਾਂ ਕੋਲੋਂ ਅੱਜ ਦੀ ਸਥਿਤੀ ਦੇ ਵਿੱਚ ਵੀ, ਕੱਲ੍ਹ ਨੂੰ ਤਾਂ ਦੇਖੋ ਇੱਕ ਤਾਂ ਧਾਰਨਾ ਇਹ ਕਹਿੰਦੇ ਆ ਨਾ ਵੀ ਇੱਕ ਵਾਰੀ ਰੇਟ ਕੱਟ ਲੱਗ ਗਿਆ, ਆ 24 ਤਰੀਕ ਨੂੰ ਜਿਹੜਾ ਮੀਟਿੰਗ ਹੋਣੀ ਆ ਦੁਬਾਰਾ ਫਿਰ ਬੈਂਕ ਆਫ ਕੈਨੇਡਾ ਦੀ, ਇਹ 'ਚ ਇਹਨਾਂ ਨੇ ਇੱਕ ਕੱਟ ਹੋਰ ਲਾ ਦੇਣੇ ਅਤੇ ਅਗਲੇ ਸਾਲ ਦੇ ਐਂਡ ਤੱਕ ਵਿਆਜ ਦਰ ਅੱਧੀਆਂ ਰਹਿ ਜਾਣੀਆਂ। ਇੱਕ ਤਾਂ ਧਾਰਨਾ ਇਹ ਆ ਵੀ ਉੱਥੇ ਤੱਕ ਅੱਧੀਆਂ ਰਹਿ ਜਾਣੀਆਂ ਅਤੇ ਸਾਰਾ ਕੁਝ ਠੀਕ ਠਾਕ ਹੋ ਜਾਣਾ, ਪਰ ਕੁਛ ਮਾਹਰ ਇਹਦੇ ਉਲਟ ਸੋਚਦੇ ਆ, ਉਹ ਕਹਿੰਦੇ ਵੀ ਇੰਨਾ ਕੁਛ ਨਹੀਂ ਹੋਣਾ,
ਅਤੇ ਫਾਈਨੈਂਸ਼ੀਅਲ ਰਿਸਕ ਤਾਂ ਕ੍ਰਾਈ ਹੈਗਾ ਆ, ਕ੍ਰਾਈਸਿਸ ਜਿਹੜਾ ਉਹ ਆਉਣਾ ਹੀ ਆਉਣਾ ਆ ਇਹ ਪੇਮੈਂਟ ਵਾਲਿਆਂ ਦੇ, ਕਿਉਂਕਿ ਲੇਟ ਪੇਮੈਂਟ ਹੁਣ ਲੋਕਾਂ ਦੀਆਂ ਬਹੁਤ ਆ, ਬੈਂਕਾਂ ਦੇ ਅੰਕੜੇ ਦੱਸਦੇ ਆ ਲੋਕਾਂ ਕੋਲ ਪੇਮੈਂਟ ਦੇਣ ਲਈ ਪੈਸੇ ਹੈ ਨਹੀਂ। ਹੁਣ ਕੀਤਾ ਕੀ, ਵਿਆਜ ਦਰਾਂ ਵੱਧ ਗਈਆਂ, ਜਿਹਦੀ ਪਹਿਲਾਂ ਪੇਮੈਂਟ 2000 ਸੀ ਉਹਦੀ 4000 ਜਾਂ 5000 ਹੋ ਗਈ ਪੇਮੈਂਟ, ਹੁਣ ਉਹ ਕੀ ਕਰ ਰਿਹਾ ਆ, ਉਹ ਬੈਂਕ ਨੂੰ ਇਹ ਕਹਿੰਦਾ ਵੀ ਮੇਰੀ ਜਿਹੜੀ ਟਰਮ ਆ ਉਹਨੂੰ ਵਧਾ ਦਿਓ, ਐਮਰਟਾਈਜੇਸ਼ਨ ਜਿਹੜੀ ਆ ਉਹ ਤੁਸੀਂ ਉਹਨੂੰ 40 ਸਾਲ ਦੀ ਕਰ ਦਿਓ, ਜੇ 20 ਸਾਲ ਦੀ ਸੀਗੀ ਤਾਂ ਉਹ ਉਹਨਾਂ ਨੇ 40 ਸਾਲ ਦੀ ਕਰਤੀ ਜਾਂ 30 ਸਾਲ ਦੀ ਕਰਤੀ, ਉਹਦੇ ਤੋਂ ਬਾਅਦ ਉਹ ਕਹਿੰਦੇ ਮੈਨੂੰ ਜਿਹੜਾ ਇੰਟਰਸਟ ਓਨਲੀ ਕਰ ਦਿਓ, ਮੇਰਾ ਵਿਆਜ ਵਿਆਜ ਕੱਟੀ ਜਾਓ, ਮੂਲ ਤੁਸੀਂ ਨਾ ਕੱਟੋ। ਹੁਣ ਕਈਆਂ ਕੋਲ ਉਹ 2 ਜਾਂ 3 ਹਜ਼ਾਰ ਡਾਲਰ ਜਾਂ 5 ਹਜ਼ਾਰ ਡਾਲਰ ਜਿਹੜਾ ਦੇ ਰਹੇ ਆ ਉਹਦੇ ਵਿੱਚ ਇਕੱਲਾ ਵਿਆਜ ਵੀ ਨਹੀਂ ਜਾ ਰਿਹਾ ਪੂਰਾ, ਮਤਲਬ ਜੇ ਤੁਹਾਡੀ ਅੱਜ ਮੋਰਗੇਜ 5 ਲੱਖ ਆ ਅਤੇ ਅਗਲੇ ਮਹੀਨੇ ਤੁਹਾਡੀ 5 ਹਜ਼ਾਰ ਡਾਲਰ ਕਿਸ਼ਤ ਦੇਣ ਤੋਂ ਬਾਅਦ ਮੋਰਗੇਜ 5,00,500 ਡਾਲਰ ਹੋ ਜਾਂਦੀ ਆ, ਅਤੇ ਉਹ ਮਤਲਬ ਹਰ ਮਹੀਨੇ ਕਿਸ਼ਤ ਦੇਣ ਦੇ ਬਾਵਜੂਦ ਮੋਰਗੇਜ ਘਟਣ ਦੀ ਬਜਾਏ 500 ਡਾਲਰ ਵਧੀ ਜਾਂਦੀ ਆ। ਕਾਰਨ ਕੀ ਆ, ਵਿਆਜ ਬਹੁਤ ਜ਼ਿਆਦਾ ਨੇ ਅਤੇ ਉਹ ਏਰੀਅਰ ਜਿਹੜਾ ਇੰਨਾ ਜ਼ਿਆਦਾ ਹੋ ਜਾਣਾ ਲੋਕਾਂ ਤੋਂ ਅਗਲੇ 2 ਸਾਲਾਂ ਦੇ ਵਿੱਚ ਦਿੱਤਾ ਨਹੀਂ ਜਾਣਾ। ਘਰਾਂ ਦੇ ਉੱਤੇ ਕਰਜ਼ਾ ਬਹੁਤ ਆ, 2 ਵੱਡੀਆਂ ਜਿਹੜੀਆਂ ਫਰਮਾਂ ਨੇ ਇਕਿਓਫੈਕਸ ਅਤੇ ਆਪਣੇ ਟਰਾਂਸ ਯੂਨੀਅਨ, ਇਹ ਦੋਵੇਂ ਹਿਸਾਬ ਕਿਤਾਬ ਰੱਖਦੀਆਂ ਕਰਜ਼ੇ ਦਾ ਕਿ ਲੋਕਾਂ ਦੇ ਸਿਰ ਕਿੰਨਾ ਕਰਜ਼ਾ ਆ, ਕੀ ਹਾਲਤ ਆ ਉਹਨਾਂ ਦੇ ਦੱਸਣ ਅਨੁਸਾਰ ਲੋਕਾਂ ਦੀ ਹਾਲਤ ਕੈਨੇਡਾ 'ਚ ਮਾੜੀ ਆ। ਹਾਈ ਹਾਊਸ ਹੋਲਡ ਡੈਟ ਆ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਊਸ ਹੋਲਡ ਡੈਟ ਆ, ਇਕਾਨਮੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਪਈ ਹੈ ਇਹਦੇ ਨਾਲ। ਜਿਹੜੀ ਬੈਂਕਾਂ ਨੇ ਉਹਨਾਂ ਦੀ ਤਿਆਰੀ ਆ, ਬੈਂਕਾਂ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਜਿਹੜੀਆਂ ਡਿਫੋਲਟਸ ਦੇ ਲਈ, ਪਰ ਇਹ ਵੀ ਦੇਖ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਕ੍ਰਾਈਸਿਸ ਦਾ ਸਾਹਮਣਾ ਕਿੱਦਾਂ ਕਰਨਾ। ਇਕਨੋਮਿਕ ਅਨਸਰਟਨਟੀ ਆ ਇਸ ਵੇਲੇ, ਜਿਸ ਕਿਸਮ ਦਾ ਅਨਇੰਪਲੋਇਮੈਂਟ ਦਾ ਇੰਪੈਕਟ ਕੰਜ਼ਿਊਮਰ ਸਪੈਂਡਿੰਗ ਦਾ, ਜਿਹੜੀ ਬੈਂਕਿੰਗ ਕ੍ਰਾਈਸਿਸ ਆ, ਉਹ ਸਾਰਾ ਕੁਛ ਇਸ ਵੇਲੇ ਸੰਕਟ 'ਚ ਆਇਆ ਆ। ਭਾਵੇਂ ਕਿ ਖਬਰ ਤਾਂ ਥੋੜ੍ਹੇ ਦਿਨ ਪਹਿਲਾਂ ਸਾਡੇ ਕੋਲ ਆਈ ਆ ਕਿ ਜਿਹੜੀ ਮਹਿੰਗਾਈ ਦਰ ਆ ਉਹ ਥੱਲੇ ਆ ਗਈ ਆ, 2.7 ਦੇ ਉੱਤੇ ਚਲੇ ਗਈ ਆ, ਜਿੰਨੀ ਚਾਹੁੰਦੀ ਸੀ ਉੱਨੀ ਹੈਗੀ ਆ, ਬੈਂਕ ਨੇ ਰੇਟ ਕੱਟ ਕਰ ਦੇਣਾ, ਪਰ ਪਤਾ ਨਹੀਂ ਉਹ ਕਦੋਂ ਹੋਣਾ। ਅੱਜ ਦੇ ਹਿਸਾਬ ਦੇ ਨਾਲ ਜਿਹੜੇ ਮਾਹਰ ਕਹਿ ਰਹੇ ਆ, ਬੈਂਕਾਂ ਨੇ ਤਿਆਰੀ ਕਰ ਲਈ ਆ ਆਪਣੀ ਇਸ ਗੱਲ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮੰਦਾ ਪੈਣਾ, ਮੰਦਾ ਇਹ ਪੈਣਾ ਵੀ ਲੋਕਾਂ ਕੋਲ ਕਰਜ਼ਾ ਹੀ ਨਹੀਂ ਲਿਆ ਜਾਣਾ, ਅਤੇ ਜਿਹੜਾ ਹੈਗਾ ਉਹਨਾਂ ਕੋਲੋਂ ਉਹਨਾਂ ਨੇ ਮਤਲਬ ਉਹ ਉਹਨਾਂ ਕੋਲੋਂ ਕਿਸ਼ਤ ਨਹੀਂ ਮੁੜਨੀ ਅਤੇ ਨਵਾਂ ਲਿਆ ਨਹੀਂ ਹੋਣਾ, ਬੈਂਕਾਂ ਘਾਟੇ ਵਿੱਚ ਜਾਣਗੀਆਂ। ਇਹ ਕੁਛ ਜਿਹੜੀਆਂ ਧਿਰਾਂ ਆ ਇਸ ਵੇਲੇ ਜਿਹੜੇ ਆਰਥਿਕ ਮਾਹਰ ਨੇ ਕੈਨੇਡਾ ਦੇ ਵਿੱਚ ਅੰਦਾਜ਼ਾ ਦੱਸ ਰਹੇ ਆ, 2025 ਅਤੇ 2026 ਮਾੜੇ ਹਾਲਾਤ ਹੋਣਗੇ। ਘਰ ਜਿਹੜੇ ਆ ਉਹ ਜਿਹੜੇ ਡੈਲੀਕੁਐਂਸੀਜ਼, ਮੋਰਗੇਜ ਡੈਲੀਕੁਐਂਸੀਜ਼ ਆ ਉਹ ਜ਼ਿਆਦਾ ਹੋਣਗੀਆਂ ਅਤੇ ਲੋਕ ਜਿਹੜੇ ਆ ਉਹ ਆਰਥਿਕ ਸੰਕਟ ਦੇ ਵਿੱਚ ਆ ਸਕਦੇ ਆ। ਸਾਡੇ ਜਿਹੜੇ ਸਾਬਕਾ ਪਬਲਿਕ ਸੇਫਟੀ ਮਿਨਿਸਟਰ ਨੇ ਮਾਰਕ ਮੈਂਡੀਚੀ ਨੂੰ, ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਨਾ ਕੋਈ ਕ੍ਰੀਏਸ਼ਨ ਕਰਨੀ ਚਾਹੀਦੀ ਹੈ ਇੱਕ ਪ੍ਰੋਟੈਕਟਿਵ ਜ਼ੋਨ ਦੀ। ਪੋਲੀਟੀਕਲ ਜਿਹੜੀਆਂ ਕੌਂਸਟੀਚੁਐਂਸੀ ਆਫਿਸਸ ਨੇ ਉਹਨਾਂ ਨੂੰ, ਉਹਨਾਂ ਦੇ ਮੈਂਬਰਾਂ ਨੂੰ ਬਚਾਉਣ ਦੇ ਲਈ ਅਤੇ ਜਿਹੜਾ ਉਹਨਾਂ ਦੇ ਸਟਾਫ ਨੂੰ ਬਚਾਉਣ ਦੇ ਲਈ, ਜਿਹੜਾ ਇੱਕ ਲਗਾਤਾਰ ਡਰ ਵਾਲੇ ਮਾਹੌਲ ਦਾ ਵਾਤਾਵਰਨ ਜਿਹਾ ਬਣ ਰਿਹਾ ਆ, ਉਹਦੇ ਤੋਂ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ। ਮਾਰਕੋ ਮੈਂਡੀਚੀਨੋ ਨੇ ਇੱਕ ਜਿਹੜੇ ਟੋਰੋਂਟੋ ਤੋਂ ਲਿਬਰਲ MP ਵੀ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਇਸ ਪਲਾਨ ਦੇ ਤਹਿਤ ਕੋਈ ਵੀ ਜਿਹੜਾ ਬੰਦਾ ਉੱਥੇ ਆਉਂਦਾ ਆ ਜਾਂ ਹਰਾਸ ਕਰਦਾ ਲੋਕਾਂ ਨੂੰ ਉਸ ਬਫਰ ਜ਼ੋਨ ਦੇ ਵਿਚਕਾਰ, ਹੋ ਸਕਦਾ ਉਹ 50 ਮੀਟਰ ਦੀ ਬਣਾ ਲਓ ਜਾਂ ਉਹ 100 ਮੀਟਰ ਦੀ ਬਣਾ ਲਓ, ਅਤੇ ਉੱਥੇ ਜਿਹੜੇ ਆ ਜਿਹੜੀਆਂ ਜ਼ਿਆਦਾ ਜਿਹੜੀਆਂ ਕ੍ਰਿਮੀਨਲ ਪੈਨਲਟੀਜ਼ ਹੋਣੀਆਂ ਚਾਹੀਦੀਆਂ, ਸਖਤੀ ਵਰਤਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਜੇਲ੍ਹ ਵੀ ਭੇਜਣਾ ਚਾਹੀਦਾ। ਇੱਕ ਇੰਟਰਵਿਊ ਉਹਨਾਂ ਨੇ ਕੀਤੀ ਆ, ਉਹਦੇ ਵਿੱਚ ਸੁਜੈਸਟ ਇਹ ਕੀਤਾ ਉਹਨਾਂ ਨੇ ਕਿ ਇਹ ਜ਼ੋਨ ਜਿਹੜੇ ਆ ਬਣਾਏ ਜਾਣ, ਰੈਗੂਲੇਸ਼ਨ ਹੋਵੇ ਇਹਦਾ, ਅਤੇ ਰੀਸੈਂਟਲੀ ਜਿਹੜੇ ਇਹਨੂੰ ਫੋਰਨ ਇੰਟਰਫੀਰੈਂਸ ਵਾਲੇ ਬਿੱਲ ਦੇ ਨਾਲ ਹੀ ਪਾਸ ਕੀਤਾ ਜਾਵੇ ਤਾਂ ਕਿ ਜਿਹੜਾ ਇਸੈਂਸ਼ੀਅਲ ਜਿਹੜਾ ਜ਼ਰੂਰੀ
ਤਾਣਾ ਬਣਾ ਇਨਫਰਾਸਟ੍ਰਕਚਰਾਂ ਨੂੰ ਬਚਾਇਆ ਜਾ ਸਕੇ। ਸਾਬਕਾ ਮਿਨਿਸਟਰ ਨੇ ਜਿਹੜਾ ਕਮੈਂਟ ਆ ਉਸ ਵੇਲੇ ਆਇਆ ਇਹ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਇਆ ਅਤੇ ਇਹਦੇ ਨਾਲ ਕੰਸਰਨ ਉਹਨਾਂ ਨੇ ਹੋਰ ਆਪਣਾ ਜਿਹੜਾ ਵਧਾ ਦਿੱਤਾ ਆ। ਉਹ ਕਹਿੰਦੇ ਸਾਨੂੰ ਪਾਰਲੀਮੈਂਟ ਦੀ ਜਿਹੜੇ ਜਾਂ ਪਾਰਲੀਮੈਂਟੇਰੀ ਨੇ ਇਹਨਾਂ ਦੀ ਸਿਕਿਉਰਿਟੀ ਦੇ ਲਈ ਜ਼ਿਆਦਾ ਸੀਰੀਅਸ ਹੋਣਾ ਚਾਹੀਦਾ, ਇਹ ਗੱਲ ਉਹਨਾਂ ਨੇ ਕਹੀ ਹੈ। ਸਾਨੂੰ ਉਹ ਕਹਿੰਦੇ ਕੈਨੇਡੀਅਨ ਨੂੰ ਇੱਕ ਮਤਲਬ ਅੱਖਾਂ ਖੋਲ੍ਹ ਕੇ ਅਤੇ ਸਾਰਾ ਕੁਝ ਜਿਹੜੇ ਪੋਲੀਟੀਕਲ ਵਾਇਲੈਂਸ ਆ ਉਹਦੇ ਪ੍ਰਤੀ ਚੇਤਨ ਹੋ ਕੇ ਕੰਮ ਕਰਨ ਦੀ ਲੋੜ ਆ। ਲੋਕ ਜਿਹੜੇ ਕੰਸਟੀਟਿਊਸ਼ਨਲ ਰਾਈਟਸ ਨੇ ਉਹਨਾਂ ਦੇ ਪੁਆਇੰਟ ਆਫ ਵਿਊ ਨੇ, ਜਿਹੜੇ ਲੋਕਾਂ ਦੇ ਨਜ਼ਰੀਏ ਨੇ, ਇੱਕ ਦੂਜੇ ਦੇ ਨਾਲ ਅਸਹਿਮਤ ਨੇ। ਕੈਨੇਡੀਅਨਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇਹ ਸਾਡੇ ਰਿਪ੍ਰਜੈਂਟੇਟਿਵ ਮੌਜੂਦ ਨੇ, ਉਹਨਾਂ ਦੇ ਲਈ ਇਹ ਸੰਕਟ ਦਾ ਸਮਾਂ ਹੋ ਸਕਦਾ। ਪਰ ਇਹ ਵੀ ਗੱਲ ਸਹੀ ਆ ਕਿ ਜ਼ਿਆਦਾ ਖਤਰੇ ਜਾਂ ਜ਼ਿਆਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ, ਜ਼ਿਆਦਾ ਹਰਾਸਮੈਂਟ ਉਹਦੇ ਨਾਲ ਦੋਵੇਂ ਔਨਲਾਈਨ ਅਤੇ ਜਿਹੜੀ ਕਮਿਊਨਿਟੀ ਦੇ ਵਿੱਚ ਸਮੱਸਿਆ ਪੈਦਾ ਹੋ ਸਕਦੀ ਆ। ਪਿਛਲੇ ਕੁਛ ਸਾਲਾਂ ਦੇ ਵਿੱਚ ਕਈ ਮੈਂਬਰ ਪਾਰਲੀਮੈਂਟ ਜਿਹੜੇ ਵੱਖ ਵੱਖ ਪਾਰਟੀਆਂ ਤੋਂ ਸੰਬੰਧਿਤ ਨੇ, ਆਪਣੇ ਉਹਨਾਂ ਦੇ ਕੰਸਟੀਚੁਐਂਸੀ ਆਫਿਸਿਸ ਨੂੰ ਟਾਰਗੇਟ ਕੀਤਾ ਗਿਆ, ਜਿਹਦੇ ਵਿੱਚ ਮਤਲਬ ਕੋਈ ਉੱਤੇ ਵਾਹ ਜਾਣਾ, ਕੋਈ ਲਿਖ ਜਾਣਾ, ਕਿਤੇ ਸਪਰੇਅ ਪੇਂਟ ਕਰ ਜਾਣਾ, ਜਾਂ ਉਹਨਾਂ ਦੇ ਉੱਤੇ ਕਈ ਥਾਂ ਦੇ ਉੱਤੇ ਪੱਥਰ ਵੀ ਮਾਰੇ ਗਏ, ਉਹਨਾਂ ਦੀਆਂ ਖਿੜਕੀਆਂ ਵੀ ਭੰਨੀਆਂ ਗਈਆਂ। ਇੱਥੇ ਆਮ ਤੌਰ 'ਤੇ ਸਿਕਿਉਰਿਟੀ ਨਹੀਂ ਹੁੰਦੀ, ਜਿੱਥੇ ਬਾਕੀ ਤੁਰੇ ਫਿਰਦੇ ਆ ਲੋਕ ਉੱਥੇ ਹੀ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ ਆਉਂਦੇ ਆ। ਪਰ ਕਿਉਂਕਿ ਇਹਨਾਂ ਦੇ ਆਫਿਸਿਸ ਨੂੰ ਪਿਛਲੇ ਸਮੇਂ ਦੇ ਵਿੱਚ ਟਾਰਗੇਟ ਕੀਤਾ ਗਿਆ, ਹੁਣ ਮੰਗ ਉੱਠ ਰਹੀ ਆ ਵੀ ਕੁਛ ਨਾ ਕੁਛ ਇਹੋ ਜਿਹਾ ਖਾਸ ਕੀਤਾ ਜਾਵੇ ਜਿਹਦੇ ਨਾਲ ਇਹਨਾਂ ਨੂੰ ਬਚਾਇਆ ਜਾ ਸਕੇ। ਸੋ ਇੱਕ ਵਿਅਕਤੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਖਬਰ ਸਾਹਮਣੇ ਆਈ ਸੀ, ਉਹਨੇ ਉੱਥੇ ਮਤਲਬ ਥੁੱਕ ਦਿੱਤਾ ਹੋਟਵਾ ਦੇ ਵਿੱਚ ਉਹਦੇ ਆਫਿਸ ਦੇ ਵਿੱਚ। ਸੋ ਇੱਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਵੀ ਆ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਵੀ ਕਿਸੇ ਨੇ ਬਜਰੀ ਚੱਕ ਕੇ ਇਹਨਾਂ ਦੇ ਫੇਸ ਦੇ ਉੱਤੇ ਇਲੈਕਸ਼ਨ ਦੇ ਸਮੇਂ ਉਹ ਤੋਂ ਪਹਿਲਾਂ ਇਹ ਜਿਹੜੇ ਕੋਈ ਇੱਕ ਸਮੇਂ ਦੇ ਵਿੱਚ ਮਾਰੀ ਸੀ। ਕਈ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਹੁਣ ਇੱਥੇ ਚਿੰਤਾ ਪੈਦਾ ਹੋਈ ਆ ਵੀ ਸਾਨੂੰ ਕੁਛ ਨਾ ਕੁਛ ਕਰਨਾ ਇਸ ਮਾਮਲੇ ਦੇ ਵਿੱਚ ਚਾਹੀਦਾ। ਜਿਹੜੇ ਅਮੈਰੀਕਨ ਨੇ ਉਹ ਕੈਨੇਡਾ ਦੇ ਵਿੱਚ ਆਉਣ ਦੇ ਲਈ ਇੱਛੁਕ ਨੇ। ਕਈ ਜਦੋਂ ਕਿਸੇ ਦੇਸ਼ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ, ਲੋਕ ਉਹਨੂੰ ਛੱਡ ਕੇ ਜਾਣ ਬਾਰੇ ਸੋਚਣ ਲੱਗ ਪੈਂਦੇ, ਸਾਰੇ ਨਹੀਂ ਕੁਛ। ਹੁਣ ਉਹ ਕੁਛ ਲੋਕਾਂ ਦੀ ਗਿਣਤੀ ਅਮੈਰੀਕਾ ਦੇ ਵਿੱਚ ਵੱਧ ਗਈ ਆ। ਉਹ ਲੋਕ ਜਿਹੜੇ ਅਮਰੀਕਾ ਛੱਡ ਕੇ ਕੈਨੇਡਾ ਆਉਣਾ ਚਾਹੁੰਦੇ ਆ, ਆਮ ਤੌਰ 'ਤੇ ਇੱਥੇ ਧਾਰਨਾ ਇਹ ਆ ਵੀ ਅਮਰੀਕਾ ਕੈਨੇਡਾ ਦਾ ਮੁਕਾਬਲਾ ਕੋਈ ਨਹੀਂ। ਕੈਨੇਡਾ ਦੇ ਵਿੱਚ ਅਮਰੀਕਾ ਜਿਹੜਾ ਬਹੁਤ ਸੋਹਣਾ ਵਧੀਆ, ਇਹਨਾਂ ਦੀ ਇਕੋਨਮੀ ਬਹੁਤ ਵੱਡੀ ਆ, ਕਈ ਗੁਣਾ ਕੈਨੇਡਾ ਨਾਲੋਂ ਪਾਪੂਲੇਸ਼ਨ ਇਹਨਾਂ ਦੀ ਜ਼ਿਆਦਾ ਆ ਵੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਰ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਇੱਕ ਜਿਹੜੇ ਵਾਧਾ ਹੋਇਆ ਉਹਨਾਂ ਅਮੈਰੀਕਨਸ ਦੀ ਗਿਣਤੀ ਦੇ ਵਿੱਚ ਜਿਹੜੇ ਔਨਲਾਈਨ ਸਰਚ ਕਰ ਰਹੇ ਆ ਕਿ ਕੈਨੇਡਾ ਕਿੱਦਾਂ ਮੂਵ ਕੀਤਾ ਜਾ ਸਕਦਾ। ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਛ ਰਾਜਨੀਤਿਕ ਘਟਨਾਵਾਂ ਘਟੀਆਂ ਉਹਨਾਂ ਦਾ ਅਸਰ ਇਹਦੇ ਉੱਤੇ ਜ਼ਿਆਦਾ ਪਿਆ। ਹੁੰਦਾ ਕੀ ਆ, ਗੂਗਲ ਦੇ ਉੱਤੇ ਜਦੋਂ ਸਰਚ ਕੀਤਾ ਜਾਂਦਾ ਹਾਓ ਟੂ ਮੂਵ ਟੂ ਕੈਨੇਡਾ ਜਾਂ ਹਾਓ ਟੂ ਗੈਟ ਕੈਨੇਡੀਅਨ PR ਜਾਂ ਸਿਟੀਜ਼ਨਸ਼ਿਪ ਵਗੈਰਾ ਵਗੈਰਾ, ਉਹ ਸਰਚਸ ਉਹਦਾ ਇੱਕ ਗ੍ਰਾਫ ਬਣ ਜਾਂਦਾ। ਇਹਦਾ ਸਾਰੇ ਗ੍ਰਾਫ ਦਾ ਪਤਾ ਹੁੰਦਾ ਉਹਨਾਂ ਨੂੰ, ਅਤੇ ਉਹ ਗ੍ਰਾਫ ਜਦੋਂ ਬਣਾਉਂਦੇ ਆ ਤਾਂ ਉਹਦੀ ਸਾਫ਼ ਪਤਾ ਲੱਗਦਾ ਵੀ ਉਹ ਲੋਕਾਂ ਦੀ ਗਿਣਤੀ ਵੱਧ ਗਈ ਹੈ ਜਿਹੜੇ ਅਮਰੀਕਾ ਦੇ ਲੋਕ ਨੇ। ਹੁਣ ਨੰਬਰ ਕੋਈ ਵੀ ਹੋ ਸਕਦਾ, ਜਿੰਨੇ ਪਹਿਲਾਂ ਅਮਰੀਕਾ ਤੋਂ ਕੈਨੇਡਾ ਆਉਣੇ ਚਾਹੁੰਦੇ ਸੀ ਉਹਨਾਂ ਦੇ ਨੰਬਰ ਦੇ ਵਿੱਚ ਵਾਧਾ ਹੋ ਗਿਆ। ਇਹ ਨੰਬਰ 2-3 ਦਿਨ ਖਾਸ ਤੌਰ ਦੇ ਉੱਤੇ ਵਧਿਆ। ਜਿਹੜੇ ਇਮੀਗ੍ਰੇਸ਼ਨ ਵਕੀਲ ਨੇ ਉਹ ਦੱਸ ਰਹੇ ਆ ਕਿ ਤਰ੍ਹਾਂ ਤਰ੍ਹਾਂ ਦੇ ਸਾਡੇ ਕੋਲ ਸਵਾਲ ਆ ਰਹੇ ਆ ਜਿਨ੍ਹਾਂ ਦੇ ਅਸੀਂ ਜਵਾਬ ਦੇ ਰਹੇ ਹਾਂ। ਜਿਹੜੇ ਗੂਗਲ ਟ੍ਰੈਂਡਸ ਨੇ ਸਰਚਸ ਦੇ ਕੈਨੇਡਾ ਨੂੰ ਮੂਵ ਕਰਨ ਸੰਬੰਧੀ, ਉਹ ਦੱਸਿਆ ਜਾ ਰਿਹਾ ਕਿ ਪਿਛਲੇ ਮਹੀਨੇ ਜ਼ਿਆਦਾ ਸ਼ੁਰੂ ਹੋਏ ਸੀ। ਸਭ ਤੋਂ ਜ਼ਿਆਦਾ ਅਪਟਿਕ ਸਭ ਤੋਂ ਜ਼ਿਆਦਾ
ਵਾਧਾ ਜਿਹੜਾ ਗ੍ਰਾਫ ਦੇ ਵਿੱਚ ਉੱਪਰ ਨੂੰ ਗਿਆ ਸੀ ਉਹ ਦਿਨ ਸੀ ਜਿੱਦਣ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜਾ ਆ ਜਿਹੜਾ ਆਹ ਡਿਬੇਟ ਸੀਗਾ ਇਸ ਉਹ ਇੱਕ ਦਿਨ ਬਾਅਦ ਜਿਹੜਾ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਡਿਬੇਟ ਸੀ ਉਹ ਤੋਂ ਇੱਕ ਦਿਨ ਬਾਅਦ ਵੀ ਜਿਹਦੇ ਵਿੱਚ ਇਹਨਾਂ ਨੇ ਡੋਨਲਡ ਟਰੰਪ ਨੂੰ ਹੁਣ ਇੱਕ ਤਰੀਕੇ ਨਾਲ ਜਿੱਤ ਦੇ ਦਿੱਤੀ ਵੀ ਇਹਨਾਂ ਨੇ ਜਿੱਤੀ ਜਾਣਾ ਜੋ ਮਰਜ਼ੀ ਕਰ ਲਓ ਇਹਨਾਂ ਦਾ ਹੱਥ ਬਹੁਤ ਉੱਤੇ ਆ। ਉੱਧਰ ਸਭ ਤੋਂ ਜ਼ਿਆਦਾ ਲੋਕਾਂ ਨੇ ਚੈੱਕ ਕੀਤਾ ਵੀ ਭਾਈ ਅਮਰੀਕਾ ਤੋਂ ਕੈਨੇਡਾ ਕਿਸ ਤਰੀਕੇ ਦੇ ਨਾਲ ਮੂਵ ਹੋਇਆ ਜਾ ਸਕਦਾ। ਫਿਰ ਕੁਛ ਥਾਵਾਂ ਦੇ ਉੱਤੇ ਉਸ ਵੇਲੇ ਜਿਹੜੇ ਲੋਕਾਂ ਜਦੋਂ ਕੋਈ ਕਤਲ ਹੁੰਦੇ ਆ ਜਾਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਉਸ ਵੇਲੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੱਧਰਲੇ ਪਾਸੇ ਆਉਣਾ ਸ਼ੁਰੂ ਕਰ ਦਿੰਦੇ ਆ ਕਿ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਕਿੱਦਾਂ ਇੱਥੇ ਜਾਇਆ ਜਾ ਸਕਦਾ। ਜਿੱਦਣ ਡੋਨਲਡ ਟਰੰਪ ਨੂੰ ਇਮਿਊਨਿਟੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਜਿਹੜਾ ਰਾਸ਼ਟਰਪਤੀ ਹੁੰਦਿਆਂ ਜਿਹੜੇ ਉਹਨੇ ਕੰਮ ਕੀਤੀ ਉਹਦੇ 'ਤੇ ਕੋਈ ਸਵਾਲ ਨਹੀਂ, ਉਹ ਇਮਿਊਨ ਨੇ, ਉਹਨਾਂ 'ਤੇ ਕੋਈ ਕੇਸ ਨਹੀਂ ਚੱਲ ਸਕਦਾ ਅਫੀਸ਼ੀਅਲ ਕੰਮਾਂ ਦੇ ਉੱਤੇ। ਉਦੋਂ ਕਹਿੰਦੇ ਸਭ ਤੋਂ ਵੱਧ ਚੈੱਕ ਹੋਇਆ, ਉਦੋਂ ਸਭ ਤੋਂ ਵੱਧ ਲੋਕਾਂ ਨੇ ਸਰਚ ਕੀਤਾ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕਿੱਦਾਂ ਆ ਕੇ ਰਿਹਾ ਜਾ ਸਕਦਾ। ਜਿੱਦਣ ਆ ਹੁਣ ਰੀਸੈਂਟਲੀ ਡੋਨਲਡ ਟਰੰਪ ਦੇ ਉੱਤੇ ਪਿਛਲੇ ਸ਼ਨੀਵਾਰ ਹਮਲਾ ਹੋਇਆ ਅਤੇ ਉਹਨਾਂ ਦੇ ਕੰਨ ਦੇ ਉੱਤੇ ਗੋਲੀ ਲੱਗੀ ਆ, ਉਦੋਂ ਫਿਰ ਲੋਕਾਂ ਨੇ ਸਭ ਤੋਂ ਜ਼ਿਆਦਾ ਚੈੱਕ ਕੀਤਾ ਕਿ ਅਮਰੀਕਾ ਛੱਡ ਕੇ ਕੈਨੇਡਾ ਕਿੱਦਾਂ ਜਾਇਆ ਜਾ ਸਕਦਾ ਜਾਂ ਇੱਥੇ ਪੱਕੇ ਕਿੱਦਾਂ ਹੋਇਆ ਜਾ ਸਕਦਾ। ਇਹ ਸਾਰੀਆਂ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਈਆਂ। ਸੋ ਜ਼ਿਆਦਾ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਜਿਹੜੇ ਅਮੈਰੀਕਨ ਨੇ ਉਹ ਇਸ ਵੇਲੇ ਪੁੱਛ ਰਹੇ ਆ ਵੀ ਕੈਨੇਡਾ ਦੇ ਵਿੱਚ ਸੈਟਲ ਕਿੱਦਾਂ ਹੋਇਆ ਜਾ ਸਕਦਾ ਆ। ਇਸ ਸੰਬੰਧ ਦੇ ਵਿੱਚ ਆਉਂਦੇ ਬਹੁਤ ਥੋੜ੍ਹੇ ਆ, ਬੜੇ ਲੋਕ ਆ ਜਿਹੜੇ ਕੈਨੇਡਾ ਆਉਂਦੇ ਆ, ਬੜੇ ਲੋਕ ਆ ਜਿਹੜੇ ਕੈਨੇਡੀਅਨ ਅਮੈਰੀਕਾ ਜਾਂਦੇ ਆ ਉਹਨਾਂ ਦਾ ਨੰਬਰ ਕਿਤੇ ਜ਼ਿਆਦਾ ਆ, ਪਰ ਟ੍ਰੈਂਡ ਜਿਹੜੇ ਨੇ ਉਹ ਬਦਲਦੇ ਨੇ। ਕੁਬੈਕ ਦੇ ਵਿੱਚ ਬਹੁਤ ਸਾਰੇ ਲੋਕ ਜਾ ਕੇ ਰਹਿਣਾ ਚਾਹੁੰਦੇ ਆ। ਇੱਕ ਫੇਸਬੁੱਕ ਪੇਜ ਆ ਅਮੈਰੀਕਨਸ ਲਿਵਿੰਗ ਇਨ ਕੈਨੇਡਾ, ਉਹਨਾਂ ਦੀ ਬਹੁਤ ਵੱਡੀ ਗਿਣਤੀ ਆ, ਉਹ ਇੱਥੋਂ ਵੋਟਾਂ ਵਗੈਰਾ ਸਾਰਾ ਕੁਛ ਇੱਧਰਲੇ ਪਾਸਿਓਂ ਮੈਂਬਰਸ਼ਿਪ ਅਤੇ ਹੋਰ ਸਾਰਾ ਕੁਛ ਕੀਤਾ ਜਾਂਦਾ ਆ। ਪਰ ਅਮਰੀਕਾ ਦੇ ਵਿੱਚ ਜਿਸ ਕਿਸਮ ਦੀ ਅਨਸਰਟਨਟੀ ਪੈਦਾ ਹੋਈ ਆ, ਅਨਿਸ਼ਚਿਤਤਾ ਪੈਦਾ ਹੋਈ ਪਿਛਲੇ ਸਮੇਂ ਦੇ ਵਿੱਚ, ਜਦੋਂ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਘਟਨਾ ਵੱਡੀ ਘਟੀ ਆ, ਉਹਦੇ ਤੋਂ ਬਾਅਦ ਲੋਕਾਂ ਦੀ ਜਿਹੜੀ ਮੰਗ ਆ ਇੱਧਰਲੇ ਪਾਸੇ ਉਹ ਵੱਧ ਗਈ ਹੈ। ਅਗਲੀ ਗੱਲ ਬਾਤ ਦੋਸਤੋ, ਜਿਹੜੇ ਫੋਰਨ ਸਟੂਡੈਂਟਸ ਦੇ ਬਾਰੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਮਾਂ ਥੋੜ੍ਹਾ ਜਿਹਾ ਔਖਾ ਆਉਂਦਾ ਜਾ ਰਿਹਾ। ਪਹਿਲਾਂ ਤਰ੍ਹਾਂ ਦੀ ਗਿਣਤੀ ਘਟਾ ਦਿੱਤੀ ਸੀ, ਕੱਲ੍ਹ ਆਪਾਂ ਖਬਰ ਕੀਤੀ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਨੇ ਕਿਹਾ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਇਹ 30% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਸਾਈਮਨ ਫਰੇਜ਼ਰ ਯੂਨੀਵਰਸਿਟੀ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਇਹਨਾਂ ਦੇ ਵਿੱਚ ਦੱਸਿਆ ਜਾਂਦਾ ਕਿ ਗਿਣਤੀ ਪਹਿਲਾਂ 30% ਤੋਂ ਘੱਟ ਸੀ। ਕੁਇਨਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਗਿਣਤੀ 30% ਤੋਂ ਜ਼ਿਆਦਾ ਸੀ। ਉਹਨਾਂ ਨੇ ਕਿਹਾ ਕਿ ਅਗਲੇ ਸੈਸ਼ਨ ਤੱਕ ਇਹ ਥੱਲੇ ਆ ਜਾਣੀ ਹੈ। 36% ਘੱਟ ਇਹਨਾਂ ਨੇ ਪਹਿਲਾਂ ਹੀ ਲਾਉਣ ਦਾ ਫੈਸਲਾ ਕੀਤਾ ਹੈ ਫੈਡਰਲ ਲੈਵਲ ਦੇ ਉੱਤੇ। ਹੁਣ ਇਸ ਸੰਬੰਧੀ ਸਵਾਲ ਜਿਹੜੇ ਆ ਉਹ ਫਿਰ ਕੋਈ ਨਾ ਕੋਈ ਉੱਠਦੇ ਰਹਿੰਦੇ ਆ। ਫਿਰ ਫੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀ ਨੇ ਉਹ ਲਗਾਤਾਰ ਡਿਸਕਸ ਕਰਦੇ ਆ ਕਿ ਲੇਬਰ ਮਾਰਕੀਟ ਦੇ ਨਾਲ ਕਿੱਦਾਂ ਉਸ ਡਿਮਾਂਡ ਨੂੰ ਪੂਰਾ ਕਰਨਾ ਇੰਟਰਨੈਸ਼ਨਲ ਸਟੂਡੈਂਟਸ ਦੀ ਨੂੰ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇੱਕ ਫੋਨ ਇੰਟਰਵਿਊ ਦੇ ਉੱਤੇ ਇਹ ਗੱਲ ਕਹੀ ਆ ਕਿ ਕੈਨੇਡਾ ਨੇ ਜਿਹੜੀ ਇੱਕ ਵਰਕਿੰਗ ਏਜ ਇਮੀਗ੍ਰੈਂਟਸ ਆ ਉਹਨਾਂ ਨੂੰ ਸਟੂਡੈਂਟਸ ਨੂੰ ਇੱਥੇ ਸੱਦ ਕੇ ਪੜ੍ਹਾਇਆ, ਪਰ ਜਿਹੜਾ ਉਹਨਾਂ ਦਾ ਬਿਆਨ ਦਾ ਮਹੱਤਵਪੂਰਨ ਪੱਖ ਇਹ ਆ ਕਿ ਜਿਹੜਾ ਸਟੱਡੀ ਵੀਜ਼ਾ ਆ ਇਹਨੂੰ ਇੱਕ ਗਰੰਟੀ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਇਹਨੂੰ ਇੱਕ ਗਰੰਟੀ ਵਜੋਂ ਨਹੀਂ ਲਿਆ ਜਾ ਸਕਦਾ ਤੁਹਾਡੀ ਫਿਊਚਰ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਦੇ ਲਈ। ਇਹ ਹੁਣ ਇੱਕ ਬਹੁਤ ਵੱਡੀ ਗੱਲਬਾਤ ਆ। ਉਹ ਕਹਿੰਦੇ ਕਿ ਕਦੇ ਵੀ
ਅਸੀਂ ਵਾਅਦਾ ਨਹੀਂ ਕਰਨਾ ਚਾਹੀਦਾ। ਲੋਕ ਜਿਹੜੇ ਇੱਥੇ ਆ ਰਹੇ ਆ ਉਹ ਆਪਣੇ ਆਪ ਨੂੰ ਐਜੂਕੇਟ ਕਰਨ, ਐਜੂਕੇਟ ਕਰਕੇ ਜਿਹੜੀਆਂ ਉਹਨਾਂ ਨੇ ਇੱਥੇ ਸਕਿੱਲਸ ਸਿੱਖੀਆਂ ਉਹਨੂੰ ਵਾਪਸ ਆਪਣੇ ਘਰ ਲੈ ਜਾਣ। ਜਿਹੜੇ ਦੇਸ਼ 'ਚੋਂ ਆਏ ਆ ਉੱਥੇ ਇਹਨਾਂ ਸਕਿੱਲਸ ਨੂੰ ਬੈਕ ਉਹਨਾਂ ਆਪਣੀ ਉਸ ਦੇਸ਼ ਦੇ ਵਿੱਚ ਜਾ ਕੇ ਯੂਜ਼ ਕਰਨ। ਪਰ ਉਹ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਨਹੀਂ ਹੈ। ਸੋ ਪਤਾ ਤਾਂ ਪਹਿਲਾਂ ਵੀ ਇਹੀ ਹੈ, ਗੱਲ ਤਾਂ ਅਸਲ ਦੇ ਵਿੱਚ ਪਹਿਲਾਂ ਵੀ ਇਹੀ ਸੀ ਬਈ ਜਿਹੜੇ ਸਟੂਡੈਂਟ ਆ ਉਹ ਇੱਥੇ ਪੜ੍ਹਨ ਆਉਂਦੇ ਆ, ਉਹ ਕੋਈ ਪੱਕੇ ਹੋਣ ਜਾਂ ਰਹਿਣਾ ਰੱਖਣਾ ਇੱਥੇ ਕੈਨੇਡਾ ਦਾ ਕੰਮ ਨਹੀਂ ਆ। ਪਰ ਪਿਛਲੇ ਸਮੇਂ ਦੇ ਵਿੱਚ ਇੱਦਾਂ ਹੋਇਆ ਨਹੀਂ। ਪਰ ਹੁਣ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਨੇ ਦੁਬਾਰਾ ਯਾਦ ਕਰਾਇਆ ਆ ਕਿ ਸਟੂਡੈਂਟਸ ਦਾ ਮਤਲਬ ਇੱਥੇ ਆਉਣਾ ਆ, ਪੜ੍ਹਨਾ ਆ ਅਤੇ ਪੜ੍ਹ ਕੇ ਵਾਪਸ ਜਾਣਾ ਆ, ਤਾਂ ਉਸ ਸੰਬੰਧ ਦੇ ਵਿੱਚ ਫਿਰ ਕੁਦਰਤੀ ਆ ਵੀ ਇਹਨਾਂ ਦੇ ਲਈ ਚਿੰਤਾ ਜਿਹੜੀ ਵੱਧ ਜਾਂਦੀ ਆ ਵੀ ਕਿਤੇ ਇੱਦਾਂ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਕੋਈ ਜਿਹੜੀ ਹੈ ਜ਼ਿਆਦਾ ਸਖਤੀ ਕੀਤੀ ਜਾਵੇ। ਇਸ ਸਾਲ ਦੇ ਸ਼ੁਰੂ ਦੇ ਵਿੱਚ ਕੈਨੇਡਾ ਨੇ ਇੱਕ ਨਵਾਂ ਕੈਪ ਲਾਇਆ ਸੀ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ਾਸ ਦੇ ਉੱਤੇ, ਅਤੇ ਉਹ ਪ੍ਰੋਜੈਕਟ ਕਰ ਰਿਹਾ ਸੀ ਕਿ 3 ਲੱਖ ਤੋਂ ਥੋੜ੍ਹੇ ਜਿਹੇ ਉਹਦੇ ਨੇੜੇ ਤੇੜੇ ਅਸੀਂ ਸਟੂਡੈਂਟ ਜਿਹੜੇ ਇੱਥੇ ਸੱਦਣੇ ਆ ਇਸ ਸਾਲ ਦੇ ਵਿੱਚ, ਜਦਕਿ ਪਿਛਲੇ ਸਾਲ ਦੇ ਵਿੱਚ 4,37,000 ਸਟੂਡੈਂਟ ਸੱਦਿਆ ਸੀ। ਸੋ 1,37,000 ਤੇ ਇਹਨਾਂ ਨੇ ਪਹਿਲਾਂ ਹੀ ਘਟਾ ਦਿੱਤਾ ਜਿਹੜੇ ਸਟੂਡੈਂਟਸ ਦੇ ਉਹ ਪੂਲ ਸੀਗੇ ਉਸ ਦੂਜੇ। ਉਹ ਕਹਿੰਦੇ ਵੀ ਜਿਹੜੀ ਜ਼ਿਆਦਾ ਇੱਥੇ ਸਾਨੂੰ ਜੋਬ ਮੇਕਿੰਗ ਜਿਹੜੀ ਮਾਰਕੀਟ ਚਾਹੀਦੀ ਆ, ਅਤੇ ਇਹਦਾ ਆਪਣਾ ਉਹ ਲੌਜਿਕ ਦੇ ਰਿਹਾ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕਿਹੇ ਵਰਕ ਹੋਲਡਰ ਜਿਹੜੇ ਨੇ, ਜਿਵੇਂ ਜਿਹੜੇ 1,32,000 ਨਵੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੇਸ਼ ਦੇ ਵਿੱਚ 2022 ਦੇ ਵਿੱਚ ਸੀਗੇ, ਅਤੇ 78% ਜ਼ਿਆਦਾ ਸੀਗੇ 4 ਸਾਲ ਪਹਿਲਾਂ ਨਾਲੋਂ। ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਆ ਰਹੀ ਆ। ਇਹਦਾ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ, ਇਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਆਲੋਚਨਾ ਵੀ ਹੋਈ ਆ, ਅਤੇ ਹੁਣ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲੱਗਦਾ ਇੱਦਾਂ ਕਿ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਤੇ ਅੱਜ ਮਿਨਿਸਟਰ ਮਾਰਕ ਮਿਲਰ ਦਾ ਇਹ ਬਿਆਨ ਕਿ ਸਟੂਡੈਂਟ ਇੱਥੇ ਪੜ੍ਹਨ ਆਉਣ, ਸਕਿੱਲ ਸਿੱਖਣ, ਅਤੇ ਸਕਿੱਲ ਸਿੱਖ ਕੇ ਆਪਣੇ ਵਾਪਸ ਦੇਸ਼ ਦੇ ਵਿੱਚ ਜਾ ਕੇ ਉੱਥੇ ਵਰਤਣ, ਕੈਨੇਡਾ ਦੇ ਵਿੱਚ ਪੜ੍ਹਾਈ ਦਾ ਮਤਲਬ ਪੱਕੇ ਹੋਣਾ ਨਾ ਸਮਝਿਆ ਜਾਵੇ। ਇਹ ਸੰਕੇਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਪੱਕੇ ਹੋਣਾ ਹੋਰ ਜ਼ਿਆਦਾ ਮੁਸ਼ਕਲ ਹੋ ਜਾਣਾ।